ਕੁਝ ਦੋਸਤਾਂ ਦੇ ਕਮੈਂਟਸ ਹਨ ਲਗਾਤਾਰ ਤੇ ਢੇਰ ਸਾਰੇ ਕਹਿੰਦੇ ਉੱਤੇ ਟੋਟਲ ਖਰਚਾ ਕਿਤਨਾ ਥਾ ਤੁਹਾਡੇ ਪੂਰੇ ਸੈਟਅਪ ਤੇ ਤੁਹਾਨੂੰ ਮੈਂ ਆਈਡੀਆ ਮੋਟਾ ਮੋਟਾ ਦੇ ਰਿਹਾ ਬਿਲਡਿੰਗ ਛੋੜ ਕੇ ਅਗਰ ਬਿਲਡਿੰਗ ਵਿੱਚ ਤਵਾਲ ਕਰੇ ਚੱਲ ਮੈਂ ਸਵੇਰੇ ਜਾ ਰਿਹਾ ਰੋਈ ਮੈਨੂੰ ਦੋ ਚਾਰ ਦਿਹਾੜੇ ਉੱਦੇ ਲੱਗ ਜਾ ਸੈਣ ਇਹ ਸਮੇਂ ਲਾ ਹਫਤਾ ਡੇਢ ਜੇ ਕੁਝ ਪਕਾ ਮੈਂ ਨਾਈ ਕੋਲ ਪਕਵਾ ਗਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਗੱਲ ਕੀਤੀ ਨਾ ਆ ਯਾਦ ਹੀ ਹੁੰਦੀ ਆ ਵਾਲ ਇਨਸ਼ਾਅੱਲਾ ਵਾਲ ਤੂੰ ਸਹੀ ਥਾ ਹੋ ਸੋ ਤਾਂ ਇਵੇਂ ਪੱਕ ਸੰਗਦੀ ਏ ਬਾਲਣਾ ਤਾਂ ਇੱਕ ਹੋਏ ਤਾਂ ਤੇਰੀ ਕਰਾਇਆ ਹੁਣ ਦੁਬਈ ਚ ਫੋਨ ਕੋਈ ਨਾ ਅੱਛਾ ਫੋਨ ਤਾਂ ਆਈ ਤੂੰ ਕਹਿੰਦਾ ਤਾਂ ਬਾਵਲਪੁਰ ਪੈ ਹਾਂ ਤੇ ਮੇਰਾ ਉਹ ਪੀਜ਼ਾ ਆ ਜਾਣਾ ਮੈਂ ਗਿਆ ਕਰ ਸਵੇਰ ਦਾ ਮਨੇਂਦਾ ਬਤਾ ਜਲੇ ਵਿਲਾਗ ਸ਼ੁਰੂ ਕੀਤਾ ਅੱਜ ਤੇ ਤਵਾ ਕੋਈ ਰੋਲਾ ਨਜ਼ਰ ਆਇਆ ਉਸੇ ਅਸਲਾਮੁ ਅਲੈਕੁਮ ਮੈਂ ਖੁਬੈਬ ਰਹਿਮਾਨ ਤੁਸਰੇ ਤੇ ਮੇਰਾ ਯੂਟਿਊਬ ਚੈਨਲ ਖੁਬੈਬ ਰਹਿਮਾਨ ਤਿਆਰੀ ਕੀਤੀ ਖਾਣਾ ਮਹਿੰਦੇ ਪਏ ਸ਼ਹਿਰ ਸ਼ਹਿਰੋਂ ਕੁਝ ਦੁਕਾਨ ਦਾ ਸਮਾਨ ਗਿਣਾ ਤੇ ਰਕਬੇ ਤੇ ਫਸਲ ਵਾਸਤੇ ਸਪਰੇਅ ਗਿਣਨੀ ਹੈ ਇਹ ਦੋ ਕੰਮ ਹਨ ਹਾਜੀ ਸਾਹਿਬ ਦਾ ਇੰਤਜ਼ਾਰ ਹੈ ਹਾਜੀ ਸਾਹਿਬ ਆਵੇਂ ਮਾਸ਼ਾਅੱਲਾ ਸਾਡੇ ਕੋਲ ਆਈ ਹੈ ਕੱਲ੍ਹ ਬਾਰਿਸ਼ ਕੱਲ੍ਹ ਤਾਂ ਸ਼ਦੀਦ ਗਰਮੀ ਆਈ ਬਾਰਿਸ਼ ਤੋਂ ਪਹਿਲੇ ਹੁਣ ਅਲਹਮਦੁਲਿਲਾ ਮੌਸਮ ਬਿਹਤਰੀਨ ਹੈ ਹਲਕੇ ਹਲਕੇ ਬੱਦਲ ਹਨ ਧੁੱਪ ਨਿਕਲੀ ਖੜੀ ਹੈ ਮੁਬਸ਼ਰ ਬਾਈ ਤਕਰੀਬਨ ਸੋਲਰ ਚਲਾਈ ਖੜਾ ਉਸੇ ਤੇ ਹਾਜੀ ਸਾਹਿਬ ਆਨੰਦ ਵੱਲ ਨਿਕਲਦੇ ਪਏ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੋ ਨਹੀਂ ਕੀਤਾ ਜਲਦੀ ਜਲਦੀ ਮਾਰੋ ਸਬਸਕ੍ਰਾਈਬ ਵੱਲ ਸ਼ੁਰੂ ਕਰਨ ਦੇ ਪਏ ਅੱਜ ਦੀ ਮਜ਼ੇਦਾਰ ਵੀਡੀਓ ਹਾਜ ਸਾਹਿਬ ਅੱਗੇ ਆਏ ਮੈਂ ਹਾਲੀ ਥਾਂ ਦਾ ਦੂੰਦਾ ਨਾਸ਼ਤਾ ਕਰਿੰਦਾ ਵਧਾ ਮੈਂ ਉਹ ਸ਼ਾਇਦ ਵਾਪਸ ਲੱਗੇ ਗਏ ਬਾਅਦ ਕਾਲ ਕੀਤੀ ਨਹੀਂ ਉਹਨੇ ਆਖਿਆ ਮੈਂ 2 ਮਿੰਟ 'ਚ ਪਹੁੰਚਦਾ ਹਾਲੀ ਤੱਕ ਪਹੁੰਚੇ ਨਹੀਂ ਬਹੁਤ ਜ਼ਿਆਦਾ ਕਮੈਂਟਸ ਹਨ ਕਿ ਤੁਸੀਂ ਇਹ ਨਹੀਂ ਦਸਾਇਆ ਕਿ ਤੁਹਾਡੀ ਦੁਕਾਨ ਤੇ ਕਾਰੋਬਾਰ ਤੇ ਟੋਟਲ ਕਿੰਨਾ ਖਰਚਾ ਥਾ ਉਹ ਵੀ ਵਾਪਸੀ ਆ ਕੇ ਤੁਹਾਡੇ ਨਾਲ ਸ਼ੇਅਰ ਕਰੇ ਨੇ ਦੁਕਾਨ ਤੇ ਵੰਨ ਕੇ ਤੁਹਾਨੂੰ ਇੱਕ ਆਈਡੀਆ ਮੈਂ ਦੇ ਦੇਸਾਂ ਤੁਸੀਂ ਅਗਾ ਅੰਦਾਜ਼ ਆਪ ਲਾ ਗਿਨੇ ਓ ਮਾਸ਼ਾਅੱਲਾ ਮਾਸ਼ਾਅੱਲਾ ਤੂੰ ਰੰਗ ਲਾਲ ਹੋਵਾਂ ਮੈਂ ਢੋਲਾ ਜਿੱਥੇ ਵੀ ਤੂੰ ਜਾਵੇਂ ਤੇਰੇ ਨਾਲ ਹੋਵਾਂ ਮੈਂ ਸਵੇਰ ਦੇ ਕਿਤੇ ਗਾਇਬ ਰਹੇ ਹੋ ਤੁਸੀਂ ਤੂੰ ਇੰਤਜ਼ਾਰ ਕਰਵੇਂ ਤਾਂ ਰਹਿ ਗਏ ਜਿੱਥੇ ਵੀ ਹੋਵਾਂ ਜਿੱਥੇ ਵੀ ਤੂੰ ਜਾਵੇਂ ਤੇਰੇ ਨਾਲ ਹੋਵਾਂ ਮੈਂ ਹਾਂ ਮੈਂ ਸਵੇਰ ਦਾ ਇੰਤਜ਼ਾਰ ਕਰ ਰਿਹਾ ਹਾਂ ਲੇਕਿਨ ਡਾਕਟਰ ਨੂੰ ਮੈਂ ਵੇਖਿਆ ਇੰਤਜ਼ਾਰ ਤੁਸੀਂ ਕਰਕੇ ਹਾਂਜੀ ਉਸ ਅੱਗੇ ਤੇਰੇ ਲੱਗੀ ਹੋਏ ਪੈਰ ਹੱਥਾਂ ਤੇ ਪਤਾ ਨਹੀਂ ਕਿਵੇਂ ਤਾਂ ਦੌੜਾ ਹਾਈ ਆ ਵੇਖੇ ਸਕੂਟਰ ਦੇ ਪੈਰੇ ਡਾਕਟਰ ਦੇ ਸਮਝ ਆ ਗਿਆ ਡਾਕਟਰ ਦੇ ਤਾਂ ਡਾਕਟਰ ਤਾਂ ਆਇਆ ਤੂੰ ਤਾਂ ਕਹਨੇ ਆ ਜਦੋਂ ਡਾਕਟਰ ਆਇਆ ਤੇ ਮੈਂ ਅੰਦਰੋਂ ਪੂਰਾ ਹਲ ਗਿਆ ਮਗਰ ਰਾਤੀ ਤਬੀਅਤ ਡਿਸਟਰਬ ਆਈ ਨਾ ਤੇ ਉਹ ਸ਼ਾਇਦ ਮੈਂ ਕਿਹਾ ਡਾਕਟਰ ਪਤਾ ਨਹੀਂ ਕਿਉਂ ਆਇਆ ਤੇ ਮੋ ਡਾਕਟਰ ਲਗਾ ਗਿਆ ਨਾ ਨਾ ਉਹ ਕੋਈ ਆਪਣਾ ਕੰਮ ਹੈ ਉਹਦੇ ਕੋਲ ਕੰਮ ਮੈਂ ਮੋ ਡਾਕਟਰ ਨੂੰ ਆਖਿਆ ਹੈ ਤੂੰ ਮੈਂ ਕਿਹਾ ਪਿਓ ਲਗਣਾ ਜੇ ਨੰਬਰ ਤੇ ਰابطਾ ਕਰ ਲਾਏ ਤਾਂ ਮੈਂ ਕਿਹਾ ਮੈਨੂੰ 3 ਘੰਟੇ ਹੋ ਗਏ ਮਿਲਦੇ ਮੇਰੇ ਸੱਜਣਾ ਅਸਲ ਮੈਂ ਉਹ ਲੈ ਜੇ ਤੁਹਾਡੀ ਮਿਸ ਕਾਲ ਆਈ ਨਾ ਮੈਂ ਤਾਂ ਦੂੰ ਦਾ ਨਾਸ਼ਤਾ ਕਰਾਂਦਾ ਪਿਆ ਮੈਂ ਤਾਂ ਲੇਟ ਥੀ ਜੇ ਥੋੜੀ ਕਨਫਿਊਜ਼ਨ ਤਾਂ ਇਹ ਤੋਕ ਮੈਂ ਆਖਿਆ ਤਾਂ ਆਈ ਵੀ ਆਓ ਅਸ ਜੁਲਦੇ ਪਏ ਤੁਸਾਂ ਵੱਲ ਜੁਲਦੇ ਬਸ ਬਸ ਉਹ ਅੱਗਾ ਪਿਛਾ ਹੋ ਗਿਆ ਟਾਈਮ ਚਲੋ ਕੋਈ ਗੱਲ ਤਬੀਅਤ ਹਾਲ ਦਿਓ ਅਲਹਮਦੁਲਿਲਾ ਅੱਲਾ ਦਾ ਕਰਮ ਨਿਕਲੋ ਹਾਂ ਗਰਮੀ ਦਾ ਗਰਮੀ ਵੱਤ ਹੁਣੇ ਮੈਂ ਦੱਸਿਆ ਵੀ ਮੌਸਮ ਠੰਡਾ ਯਕਦਮ ਗਰਮੀ ਥਈ ਆਈ ਹੈ ਗਰਮੀ ਅੱਲਾ ਦੇ ਬੰਦਾ ਹੁਣ ਜਿੰਦ ਨਿਕਲਦੀ ਵੀ ਹੁਣ ਵੜੀਏ ਏਸੀ ਚਲਾਈਏ ਨਾਲ ਇਸ ਟਾਈਮ ਜਾਉਣਾ ਨਹੀਂ ਚਾਹੀਦਾ ਸਵੇਰੇ 6 ਵਜੇ ਤੋਂ ਪਹਿਲਾਂ ਜਾਉਣਾ ਚਾਹੀਦਾ ਚੋ ਕੋਸ਼ਿਸ਼ ਆਈ ਸਵੇਰ ਨਾਲ ਨਿਕਲੂ ਲੇਕਿਨ ਉਹ ਕੰਮ ਦੇ ਵਿੱਚ ਲੇਟ ਤੋਂ ਲੇਟ ਥੀਂਦੀ ਥੀ ਗਈ ਹੈ ਹੁਣ ਨਿਕਲੀਏ ਭਾਈ ਜੀ ਨਿਕਲਦੇ ਮੈਂ ਬੜੇ ਲੇਟ ਹੋ ਗਏ ਬਿਸਮਿਲਲਾਹਿਰਰਹਿਮ ਕਿੱਡੇ ਵੰਦੇ ਪਏ ਹੋ ਤੁਸੀਂ ਬਹਾਵਲਪੁਰ ਵੰਦਾ ਪਿਆ ਨਾ ਨਾਨਕਿਆਂ ਤੇ ਆਮਦਪੁਰ ਸ਼ਰਕੀਆ ਤੇ ਉਹ ਅਖਤਰ ਇਹਨਾਂ ਨਾਲ ਆਹਾ ਅਖਤਰਾ ਚੌਥਾ ਨੇ ਜ਼ਲੀਲ ਕੀਤੀ ਪਿਆ ਦਾ ਚਾਚਾ ਮੈਂ ਨਾਲ ਵੰਜਨੇ ਨਾ ਤੇ ਇਹ ਵਪਾਰ ਸ਼ਪਾਰ ਸੰਗਤ ਖਤਮ ਅੱਛਾ ਤੇ ਆਦਾ ਵੰਜਣਾ ਹੈ ਮੋਟਰਸਾਈਕਲ ਤੇ ਅੱਛਾ ਸਵੇਰੇ ਨਿਕਲਸੂ ਸ਼ਾਮ ਤੱਕ ਘੁੰਮਸੂ ਰਸਤੇ ਦੇ ਵਿੱਚ ਉੱਥਾਂ ਅੰਜਵਾਏ ਕਰਨੀ ਹੈ ਯਾਰ ਜੇ ਅਗਰ ਵਹਿਣਾ ਅਖਤਰ ਤੇ ਤੂੰ ਵੱਲ ਸਾਕੂ ਨਾਲ ਕਹਿਣ ਕੇ ਜੇ ਲੋ ਲਾਰੀ ਦਾ ਚਲੋ ਪੈਟਰੋਲ ਐਡਜਸਟ ਕਰ ਕੇ ਮੋਟਰਸਾਈਕਲ ਤੇ ਹੀ ਤਾਂ ਵਹਿਣਾ
ਲਾਲਾ ਮੋਟਰਸਾਈਕਲ ਤੇ ਪੈਟਰੋਲ ਲੱਗਣਾ 350 ਦਾ, 350 ਦਾ ਚੌਕ ਮੁੰਡੇ ਤੱਕ ਲੱਗਦਾ ਚੱਕਰ ਨਾ ਦਿਓ। ਅੱਛਾ ਤੁਹਾਨੂੰ ਦੇ ਦੇ ਸਾਂ ਅਸੀਂ 550, ਇਤਨਾ ਕਰ ਸਕਦੇ ਸਮਝ ਆ ਗਈ ਹੈ। ਠੀਕ ਹੈ ਚੱਲ ਦਿਓ ਤਾਂ ਫਾਵੇ ਆ ਤੇ ਮੈਂ ਤਾਂ ਨਾ ਬਲਕਿ ਮੈਂ ਯਾਦ ਆ ਗਿਆ, ਅਸਾਂ ਉਹ ਬਾਵਲਪੁਰ ਵੰਜਣਾ ਹੈ ਸਾਡਾ ਦੋਸਤ ਨਦੀਮ। ਅੱਛਾ ਉਹਦੇ ਕੋਲ ਉਹ ਪਹਿਲੇ ਆਉਣਾ ਸਾਡੇ ਕੋਲ ਸ਼ਾਇਦ, ਤੇ ਉਹ ਆਸਨ ਉਹ ਵਾਪਸ ਵੈਸਨ ਤਾਂ ਵਾਲਾ ਸਭ ਇੱਛੂ ਵੈਸੂ ਤਾਂ ਬਾਵਲਪੁਰ ਫਿਰ ਸੋ ਉਹਨਾਂ ਕੋਲ ਦਾਵਤ ਹੀ ਹੈ। ਬਿਹਤਰ ਇਹ ਹੈ ਇਹ ਮਤਲਬ ਇਹ ਦੋ ਚਾਰ ਦੀਵਾਰਾਂ ਦੇ ਵਿੱਚ ਦਾ ਸੀਨ ਹੈ। ਸਹੀ ਹੈ ਸਹੀ ਬਿਹਤਰ ਹੈ ਵੀ ਕਾਰ ਰੇਂਜ ਗਿਣਦੇ ਆ ਤੁਸੀਂ ਆਪਣਾ ਉੱਥਾਂ ਸੱਕਿਆਂ ਕੋ ਪੁੱਛੋ ਚ ਗਿਣਸੋ। ਹਾਂ 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 ਇਕੱਠੇ ਲੱਗੇ ਜਦੋਂ ਨਹੀਂ ਮੈਂ ਆਣਾ ਇੰਜ ਕਰੀਏ ਅਖਤਰੀ ਤਾਂ ਮੈਂ ਲੱਗ ਜਾਣਾ ਸਕੂਟਰ ਤੇ। ਅੱਛਾ ਤੁਸੀਂ ਆ ਜਾਓ ਸੋ ਇਦੇ ਸਾਨੂੰ ਫੋਨ ਸੱਟੇ ਸੋ ਆਪਾਂ ਆ ਤੇ ਜਿਵੇਂ ਟਾਇਰ ਚੋ ਜਸਾਂ ਸਕੂਟਰ ਰੱਖਾਂ ਕਾਰ ਦੇ ਵਿੱਚ ਮੋੜ ਸਾਰੇ ਵਾਪਸੀ। ਕਾਰ ਦੇ ਵਿੱਚ ਸਕੂਟਰ ਨਹੀਂ ਆਉਂਦਾ ਜਾਂ ਤਾਂ ਖੋਲ ਕੇ ਰੱਖੋ। ਖੋਲ ਕੇ ਕਿਵੇਂ ਰੱਖੀਏ ਡਿੱਗੀ ਖੋਲ ਕੇ? ਅੱਛਾ ਚਲੋ ਇਹ ਪਲਾਨ ਬਣੇ ਆ ਵੈਸੇ ਆਪਸ ਦੀ ਗੱਲ ਹੈ, ਇਵੇਂ ਕਰ ਕਿੰਨੇ ਬਿਹਤਰ ਰਹੇ ਵੈਸੇ। ਬਣਾ ਲਿਓ ਪਲਾਨ, ਅਸਾਂ ਤਾਂ ਨਿਕਲਣਾ ਹੀ ਨਿਕਲਣਾ ਯਾਰ। ਮਿਲਦੇ ਆ ਹਾਜੀ ਸਾਹਿਬ ਦੇ, ਅਸਲ ਇਹਨਾਂ ਰਿਲੇਟਿਵ ਕੋਈ ਹੈ ਉੱਥਾ ਬਹਾਵਲਪੁਰ ਤੇ ਉਹਨਾਂ ਦਾ ਥਾ ਐਕਸੀਡੈਂਟ, ਹਾਜੀ ਸਾਹਿਬ ਇਹਨਾਂ ਪੁੱਛਣੀ ਤੇ ਤਾਂ ਇਹ ਅਖਤਰ ਦੇ ਪਲਾਨ ਬਣੇ ਦੇ ਪੈਣ ਕਿ ਅਸਾਂ ਡੂ ਬਹਿੰਦੇ ਆ। ਮੈਂ ਆਦਾਂ ਵੀ ਅਸਾਂ ਸਾਰੇ ਲੱਗੇ ਜਦੋਂ ਚਲੋ ਕਾਰ ਤੇ ਵੈਸੇ ਹੀ ਸਕੂਨ ਨਾਲ ਅਸਾਂ ਹੀ ਥੋੜਾ ਫਿਰ ਟੁਰ ਗਏ ਸੋ ਆਊਟਿੰਗ ਥੀ ਵੈਸੇ ਦੋਸਤ ਕੋ ਮਿਲਣਾ ਵੰਜਣਾ ਉਵੇਂ ਹੀ ਹੈ ਅਸਾਂ ਕੁਝ ਦੀਵਾਰਾਂ ਬਾਅਦ ਹਫਤੇ ਦੇ ਵਿੱਚ ਇਨਸ਼ਾਲਾ। ਤੇ ਚਲੋ ਇਹ ਇਕੱਠੇ ਲੱਗੇ ਹੋਏ ਸੋ ਤਾਂ ਬਿਹਤਰ ਥੀ ਵੈਸੇ। ਵੈਲਕਮ ਬੈਕ ਵੀਅਰਸ, ਪਹੁੰਚ ਆਏ ਹਾਂ ਆਪਣਾ ਪਿਆਰਾ ਸਿਟੀ ਚੌਕ ਮੁੰਡਾ। ਸਭ ਤੋਂ ਪਹਿਲੇ ਹਾਜੀ ਭਾਈ ਸਪਰੇ ਨੰਗੇ ਨੰਗੇ ਨੂੰ ਸਪਰੇ ਦਾ ਹੁਣ ਕਿਹੜਾ ਮੌਸਮ ਹੈ ਯਾਰ? ਕੱਲ ਦਾ ਸੇ ਰੇਟਾ ਦਿੱਲੀ ਦਾ ਮਸਲਾ ਨਹੀਂ ਯਾਰ, ਤਾਂ ਹੀ ਤਾਂ ਮੈਂ ਆਦਾ ਪਿਆ। ਕਿਹੜਾ ਮੌਸਮ ਹੈ ਕੀ ਮਤਲਬ? ਮੌਸਮ ਤਾਂ ਹੁਣ ਹੀ ਹੈ, ਸਪਰੇ ਲੈਣੀ ਲਾਜ਼ਮੀ ਹੈ ਯਾਰ। ਸਪਰੇ ਲੈ ਲਈਏ ਬੰਦਿਆਂ ਤੇ ਮੇਰੇ ਸਾਹ ਤੇ ਘਾਹ ਸ਼ਾਹ ਤੇ ਵੈਂਗ ਵੁਗ ਨਹੀਂ ਹੁੰਦੀ ਬੰਦਾ ਮਜ਼ਦੂਰੀ ਤੇ ਲਾ ਕੇ ਨਾ ਉਹ ਸਾਰੇ ਫਾਈਨਲ ਕੀਤੀ ਖੜਾ। ਚਲੋ ਦੂਈ ਲੈ ਲਿਓ ਤੇਲੇ ਮੱਖੀ ਵਾਲੀ ਤੇਲੇ ਉਹ ਤੇ ਬਿਮਾਰੀ ਦਾ ਪੱਤੇ ਵਾਲ ਉੱਥੇ ਸਮਝਾਵੀ ਵੀ ਕਿਹੜੀ ਬਿਮਾਰੀ ਬਿਮਾਰੀ ਮੈਨੂੰ ਬਿਮਾਰੀ ਦਾ ਨਾਮ ਦਾ ਯਾਰ ਉਹ ਡਿਸੇਸੇ ਤਾਂ ਸਹੀ ਨਾ ਵੀ ਕਿਆ ਡੋਡੀ ਬਣਦੀ ਪਈ ਹੈ ਵਿੱਚ ਕਾਲੀ ਕਾਲੀ ਕੋਈ ਚੀਜ਼ ਹੈ ਅੱਜ ਬਾਈ ਅੰਗੂਰ ਗਿੱਧੇ ਸਨ ਥੋੜਾ ਜਿਹਾ ਮਕਸਦ ਜਿਸ ਤਰ੍ਹਾਂ ਅੰਗੂਰ ਲਿਆ ਸੋ ਉਸਨੇ ਡੋਡੀ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਅੰਗੂਰ ਦੇ ਵਿੱਚ ਸੁਰਾਖ ਇਹਦੇ ਵਿੱਚ ਜਿਵੇਂ ਦਾਣੇਦਾਰ ਨਾ ਕਾਲੀ ਕਾਲੀ ਕੋਈ ਚੀਜ਼ ਜਿਵੇਂ ਅੰਦਰੋਂ ਕੋਈ ਚੀਜ਼ ਸੜੀ ਨਹੀਂ ਪਈ ਹੁੰਦੀ ਉਹ ਅੰਗੂਰ ਜਾਂ ਜਿਵੇਂ ਅੰਦਰੋਂ ਸੜਿਆ ਪਿਆ ਹੁੰਦਾ ਉਹ ਸੁੰਡੀ ਦੀ ਅਲਾਮਤ ਦੇ ਬੰਦੀ ਕੀ ਹੈ ਨਵਾਂ ਫਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਨਵਾਂ ਫਲ ਉਹਦੇ ਅੰਦਰ ਸੁੰਡੀ ਉਸ ਵੱਲ ਉਹ ਮੈਂ ਤੁਹਾਡੇ ਸ਼ਾਇਦ ਮੇਰੇ ਕੋਲ ਵੀਡੀਓ ਵਧੀ ਹੋਵੇ ਉਹ ਹੀ ਦਿਖਿਆ ਨਾ। ਅੱਛਾ ਇਹ ਬੈਰੀਅਰ ਹੈ ਸਫੈਦ ਮੱਖੀ ਵਾਸਤੇ ਇੰਪਾਊਂਡ ਤੇਲੇ ਵਾਸਤੇ ਸਬਜ਼ ਤੇਲਾ ਜਿਹੜੀ ਵਾਸਤੇ ਆਉਣੀ ਉਸੇ ਮਰਨੀ ਹੈ।
ਜਿਹੜੇ ਪੈਰਾਸਾਈਟਸ ਵਾਸਤੇ ਹੀ ਹੈ। ਪੈਰਾਸਾਈਟ ਸਮਝਦਾ? ਹਾਂ, ਪੈਰਾਸ਼ੂਟ ਪਲਾਸਟਿਕ ਦੀਆਂ ਰੱਸੀਆਂ। ਨਾ ਨਾ, ਪੈਰਾਸਾਈਟ ਪੈਰਾਸਾਈਟ। ਚਲੋ ਤੱਕ ਸਮਝੇ, ਸਮੇਂ ਬਾਅਦ ਤੇਰੇ ਤੇ ਮਾਰਨੀ ਕੁਛ। ਕਿਉਂ ਭਾਈ, ਇਹ ਬਾਤ ਹੈ ਦੱਸੇ ਨਾ। ਚਲੋ ਓਕੇ ਜੀ, ਥੈਂਕ ਯੂ, ਤੁਹਾਡਾ ਸ਼ੁਕਰੀਆ। ਕੀ ਦਵਾਈ ਹੈ? ਓਕੇ, ਲਿਖਿਆ ਨਾ ਭਾਈ, ਪਾਕਿਸਤਾਨ ਦੇ ਖੁਸ਼ਹਾਲੀ ਆਉਣ ਵਾਲੀ। ਮੈਨੂੰ ਕੂੜ ਮਲੂਮ ਆਉਂਦਾ, ਜਿਤਨੀਆਂ ਮਹਿੰਗੀਆਂ ਸਪਰੇਅ ਨੇ ਖੁਸ਼ਹਾਲੀ ਨਹੀਂ ਆ। ਲਿਖਿਆ ਹੋਇਆ ਨਾ ਬੋਰਡ ਤੇ, ਮੈਨੂੰ ਕੂੜ ਮਲੂਮ ਆਉਂਦਾ। ਅੱਛਾ ਅੱਛਾ, ਕਪਾਸ ਕੀ ਮਾਲੀ, ਕਪਾਸ ਤਾਂ ਮੇਰੀ ਸਾਡੀ ਇਹ ਕਹਿਣਾ, ਚਿੱਟਾ ਕੂੜ ਮਲੂਮ ਆਉਂਦਾ। ਖੋਲਾ, ਓਏ ਦੇਖ ਕੇ ਯਾਰ, ਖੋਲ ਟਾਈਮ ਨਾਲ ਕੀ ਮਸਲਾ ਹੈ? ਚੈੱਕ ਖੋਲੀ ਘੜੀਏ। ਓ ਯਾਰ, ਹੈਂਡਲ ਬਣਾਇਆ ਹੁਣ ਕੋਲ ਬਸ। ਵਿਊਅਰਸ, ਅੱਜ ਦਾ ਇਹ ਸ਼ਾਪਰ ਜਿਹੜਾ ਨਾ, ਇਹ 18,000 ਰੁਪਏ ਦੀ ਇਹ ਸਪਰੇ, ਇਹ ਇਤਨਾ ਇੱਕ ਸ਼ਾਪਰ। ਆਵਾਮ ਆਦੀ ਵੀ ਐਗਰੀਕਲਚਰ ਸ਼ਾਇਦ ਸੌਖੀ ਹੈ, ਇਹਦੇ 'ਤੇ ਖਰਚਾ ਨਹੀਂ ਥੀਂਦਾ, ਪ੍ਰੋਫਿਟ ਬਹੁਤ ਜ਼ਿਆਦਾ, ਟੋਟਲ ਟੈਕਸ ਕਿਸਾਨ 'ਤੇ। ਇਹ ਕੰਡੀਸ਼ਨ ਹੈ ਭਾਈ, ਕਿਸਾਨ ਦੀ ਜਿੰਦ ਨਿਕਲੀ ਹੋਈ ਉੱਤੇ ਲੈ ਸਕਦੇ ਨੇ। ਪਾਕਿਸਤਾਨ 'ਤੇ ਖੁਸ਼ਹਾਲੀ ਆਉਣ ਵਾਲੀ, ਚਿੱਟਾ ਗੂੜ ਕਿੱਥੋਂ ਆਉਣ ਵਾਲੀ ਹੈ ਪਾਕਿਸਤਾਨ 'ਤੇ ਖੁਸ਼ਹਾਲੀ? ਆਸੀ ਇਨਸ਼ਾਅੱਲਾ ਆਸੀ। ਹੁਣ ਅਸਾਂ ਦੁਕਾਨ ਦਾ ਸਮਾਨ ਹੈ ਨਾ ਜਿਹੜਾ ਥੋੜ੍ਹਾ ਬਹੁਤ, ਉਹ ਗਿਣਗੀ ਨੂੰ ਵੱਧ ਮਿਲਦੇ ਹੈ। ਆਏ ਸਪੈਸ਼ਲ ਔਰ ਸਪੈਸ਼ਲ ਇਹ ਸਪਰੇਅ ਦੀ ਪਾਰੋਂ ਆਸੇ, ਕਿਉਂਕਿ ਤੁਹਾਡੇ ਸਾਹਮਣੇ ਵਿਲਾ ਕੇ ਤੁਸੀਂ ਰਿਠਾ ਹੋ ਸੀ ਕਿ ਬਿਮਾਰੀ ਲੱਗੀ ਖੜੀ ਤੀਲੀ ਕੋ, ਉਹ ਨਾ ਹੋਵੇ ਮਿਹਨਤ ਸਾਰੀ ਜ਼ਾਇਆ ਥੀ ਵਜੇ, ਤਿਆਰ ਤੀਲੀ ਜਿਹੜੀ ਨਾ ਜ਼ਾਇਆ ਕਰ ਪਾਉ। ਨਹੀਂ, ਬਿਹਤਰ ਹੋ ਗਿਆ ਯਾਰ, ਇਹ ਲਾਜ਼ਮੀ ਸਪਰੇਅ ਕਰਨੀ ਆਈ ਯਾਰ। ਗੱਡੀ ਖੋਲੋ, ਮੈਂ 10 ਮਿੰਟ ਅੰਦਰ ਪਵਾਂ, ਮੈਨੂੰ ਹੋਸ਼ ਆਏਗੀ, ਫਿਰ ਤੁਹਾਡੇ ਨਾਲ ਗੱਲ ਹੋਏਗੀ। ਅੰਦਰ ਇਕੱਠੇ ਇਕੱਠੇ ਪੈਣੇ ਆ, ਮਰੇ ਪਏ ਆ ਗਰਮੀ ਨਾਲ। ਗਰਮੀ ਤਾਂ ਹੈ ਜੀ, ਆ ਜਿਆਦਾ ਨਹੀਂ 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 ਬਿਠਾਣਾ, ਹਾਂ ਨਹੀਂ ਬਿਠਾਣਾ ਨਹੀਂ ਫਿਲਹਾਲ। ਗੱਡੀ ਖੋਲੋ, ਮੈਂ ਹਾਂ ਬੁੱਢਦਾ ਮੇਰਾ ਗਰਮੀ ਨਾਲ, ਮੈਂ ਅੰਦਰ ਬਾਸ 2 ਮਿੰਟ। ਮੈਂ ਆਦਾ ਸਾਗ ਸਬਜ਼ੀ ਦੇ ਦਿਓ, ਵਾਲ ਸਾਰੇ ਨਾਲ ਬੈਠੇ ਰਹੋ, ਫਿਰ ਉਹ ਵੱਦੇ ਬਾਜ਼ਾਰ। ਅੱਧਾ ਘੰਟਾ ਫਿਰ ਆਈ ਨੇ, ਮਜ਼ਦੂਰ ਆ ਨਿੱਕੇ ਨਿੱਕੇ ਬੱਚੇ ਨੂੰ ਨਾ ਕੋਈ ਪਾਲਣਾ ਕੋਤਾ। ਅੱਛਾ, ਸਬਜ਼ੀ ਅੱਜ ਦੇ ਦਿਓ, ਟਿੰਡੇ ਆ ਹਨ, ਟਿੰਡੇ ਟਿੰਡੇ ਹਨ, ਟਿੰਡੇ ਨੇ ਹਨ, ਫਲੀਆਂ ਹਨ, ਕਰੇਲਾ ਹੈ, ਕੱਦੂ ਹੈ, 1 ਕਿਲੋ ਟਿੰਡੇ, 1 ਕਿਲੋ ਗੋਭੀ ਵੀ ਬੜੀ ਪਿਆਰੀ ਪਈ ਹੈ। ਅੱਛਾ, 1 ਕਿਲੋ ਟਿੰਡੇ, ਹਾਂਜੀ, 1 ਕਿਲੋ ਗੋਭੀ, 1 ਕਿਲੋ ਕਰੇਲੇ, 1 ਕਿਲੋ ਫਲੀਆਂ, 4 ਸਬਜ਼ੀਆਂ ਸੀ ਵੈਸੇ, ਠੀਕ ਹੈ, ਹਫਤਾ ਨਿਕਲ ਵੈਸੀ ਨਾਲ, 1 ਕਿਲੋ ਟਮਾਟਰ ਅੱਛੇ ਜਾਏ, 1 ਕਿਲੋ ਆਲੂ, ਮਿਰਚਾਂ, ਹਾਂ 1 ਕਿਲੋ ਬੜੇ ਮਿਰਚਾਂ, 1 ਕਿਲੋ ਆਲੂ, 1 ਕਿਲੋ ਟਮਾਟਰ ਤੇ ਅੱਧਾ ਕਿਲੋ ਮਿਰਚਾਂ ਤੇ ਬਾਕੀ ਨਿਜ਼ਾਮ, ਠੀਕ ਹੈ, ਠੀਕ ਹੈ ਸਰ। ਇਹ ਜਲਦੀ ਜਲਦੀ ਦਿਓ, ਅੱਜ ਅਸਾਂ ਲਾਂਦੇ ਨਹੀਂ, ਥੱਲੇ ਗਰਮੀ ਹੈ, ਗਰਮੀ ਖਾਂਦੀ ਅੱਲਾ ਦੇ ਬੰਦਿਆ। ਇਹਨੂੰ ਗੰਢ ਦੇ ਕੇ ਰੱਖੀ, ਉਹ ਨਾ ਕੇਰ ਵਾਂ, ਸਾਰੇ ਗੰਢ ਮਾਰੀ ਹੋਈ, ਮਿਹਰਬਾਨੀ। ਚੋਖਾ ਬਿੱਲ 1500 ਲੈ ਲਓ, 1500 ਨਾ ਕਰ ਮਾਲੀ ਵੇਵਰ। ਦੁਕਾਨ ਦਾ ਸਮਾਨ ਕੰਪਲੀਟ, ਸਾਰੀ ਸ਼ਾਪਿੰਗ ਵੀ ਕੰਪਲੀਟ, ਹੁਣ ਨਿਕਲਿਆ ਘਰ। ਤੁਸੀਂ 2 ਮਿੰਟ ਬਹੁ, ਚਾਹ ਬਣੀ ਪਿਓ ਸੀ, ਮੈਂ ਉਹ ਚਾਹੀਆ ਵਾ, ਇਹ ਸਮਾਨ ਸਬਜ਼ੀ ਵਗੈਰਾ ਘਰ ਦੇ ਗਈ ਨਾ। ਹਾਂ, ਸਬਜ਼ੀ ਘਰ ਦੇ ਰਿਓ, ਨਿਕਰੀ ਵਾ। ਓਕੇ, ਇਹ ਪਕੜੋ। ਵਾਹ ਬਈ ਵਾਹ, ਇਸ ਚਾਹ ਨੇ ਬਣਵਾ ਸਕੀ। ਇਹ ਜਿਹੜੇ ਸ਼ਹਿਰ ਵੱਧਿਆ ਸੀ, ਮੈਂ ਮੈਸੇਜ ਕੀਤਾ ਜਿਹੜੇ ਨਿਕਲਦੇ ਪਿਆ ਸੀ ਵੀ ਬਣਾ ਸਟੋ ਯਾਰ, ਇਹ ਕੋਈ ਲਾਜ਼ਮੀ ਆਈ ਅੱਲਾ ਦੇ ਬੰਦੇ, ਚਾਹ ਨਾ ਹੀ ਬਣਵਾਉਂਗਾ, ਇਹ ਲਾਜ਼ਮੀ ਹੈ ਯਾਰ। ਅੱਛਾ, ਤੈਂ ਬਾਤ ਗੁੱਸਾ ਥੀ ਵੈਨੇ, ਉਂਝ ਤੂੰ ਆਦਾ ਨਾ ਹੀ ਬਣਵਾਉਣੀ, ਵੱਲ ਤੂੰ ਗੁੱਸਾ ਕਰ ਵੈਨੇ। ਇਹ ਸਪਰੇ ਚ ਆ ਕੇ ਰੱਖਦਾ ਅੰਦਰ, ਲੁਕਣਾ ਕੀ ਹੈ, ਅੱਲਾ ਮਾਫ ਕਰੇ, ਲੁਕਦਾ ਕਿਉਂ ਹੈ। ਵਾਹ ਬਈ ਵਾਹ, ਚਲੋ ਬਈ ਥੱਬੇ, ਫਿਰ ਘੁੰਮਦੇ ਘੁੰਡੇ ਖਾਣਾ ਨਾ ਵਖਣਾ ਯਾਰ, ਦਿਖਾਇਆ ਕਰ ਮੋੜ, ਲੁਕਦੇ ਵਾਦੇ ਹੋ, ਇਹ ਪੱਖਾ ਬੰਦ ਕਰਨਾ, ਹੁਣ ਐਂ ਕਰੋ, ਐ ਤੁਸੀਂ ਚਾਹ ਰੱਖੋ ਵਿੱਚ ਤੇ ਮੈਂ ਮੋੜ ਆਪਣਾ ਸਕੂਟਰ ਤੇ, ਤੇ ਬੰਦੂ ਪਹਿਲੇ ਬੰਨਿਆ, ਮੈਂ ਕਿਉਂ ਜਲਦੀ ਕਰਾਈ, ਮੈਂ ਆਵਾਂ ਪਿਆ ਤਸੱਲੀ ਨਾਲ, ਤਸੱਲੀ ਨਾਲ ਤੇ ਮੈਂ ਚਾਹ ਲਈ ਜਾਣਾ, ਤੁਸੀਂ ਤਸੱਲੀ ਨਾਲ ਆ ਜਾਵੇ ਆਏ, ਉਹ ਗੱਲ ਤੇ ਠੀਕ ਹੈ, ਬਸ ਜੋ ਇੱਥੇ ਹੀ ਗਰਮੀ ਉੱਥੇ ਹੀ ਗਰਮੀ, ਇੱਕੋ ਗੱਲ ਹੈ, ਠੀਕ ਹੈ।
ਚਲੋ ਮੈਂ ਕੋਈ ਦੇ ਦਿਓ ਸਕੂਟਰ ਨਾਲ ਟੰਗ ਦੇਵਾਂ ਜਿਵੇਂ ਦਿਲ ਲਾ ਕੇ ਬਲਕਿ ਸਕੂਟਰ ਨਾਲ ਟੰਗ ਐਂ ਤੂੰ ਘਰ ਬ੍ਰੇਕ ਲਾ ਕੇ ਐਂ ਦੁਕਾਨ ਤੇ ਆਸੇ ਲਾਜ਼ਮੀ ਕੋਈ ਨਹੀਂ ਆਵਣਾਂ ਚੌਕਲੇਟਾਂ ਬਾਲਾਂ ਵਾਲੇ ਕੰਮ ਤੇ ਲਈ ਬੈਠਾ ਈ ਕੋ ਹਾਂ ਆ ਫ੍ਰਿਜ ਕੋਲ ਦੀ ਚਾਕਲੇਟ ਚਾਕ ਖਾਣਾ ਨਾ ਖਾਦੀ ਕਰ ਅੱਗੇ ਦੰਦ ਤੇ ਰਹਿਣ ਕਹਣਾ ਰੰਗ ਕਾਲੇ ਚਾਕਲੇਟ ਉਵੇਂ ਪੂਰੀ ਹੁੰਦੀ ਹਾਂ ਰੰਗ ਕਾਲਾ ਥੀ ਵੈਸੀ ਮਜ਼ੀਦ ਤੂੰ ਸਾਵੀ ਲਿਆ ਕੇ ਰੱਖੋ ਚਾ ਤੁਹਾਨੂੰ ਪਤਾ ਵੀ ਅੱਜ ਸਾਲ 6ਵੇਂ ਮਹੀਨੇ ਇੱਕ ਮੱਛੀ ਖਾਵਣੀ ਹੁੰਦੀ ਏ ਗਿਣਦਾ ਬੇਟਾ ਡੂ ਤੁਮਨੇ ਖਾ ਕੇ ਦੇਣ ਉਹ ਡਿੱਗਿਆ ਸਮਾਨ ਹੈ ਯਾਰ ਉਹ ਕੱਢ ਲੈ ਹੈ ਨਿਸਵਾਰਾ ਹੀ ਨਹੀਂ ਬੀੜਾ ਹੀ ਹੈ ਟੋਪੀ ਗਿੰਦਾ ਤੇਰੇ ਨਾਲ ਜ਼ਿੱਦ ਕਰਦਾ ਨਹੀਂ ਦੇਂਦਾ ਮੈਂ ਤੇਰੇ ਵਾਸਤੇ ਸਪੈਸ਼ਲ ਸਿੰਧ ਦੀ ਟੋਪੀ ਭੇਜਦਾ ਮੇਰੇ ਵਾਸਤੇ ਨਹੀਂ ਮਹਿੰਗੀ ਟੋਪੀ ਆਈ ਸਹੀ ਗੱਲ ਹੈ ਬੇਕਾਰ ਨਹੀਂ ਚੰਗੀ ਟੋਪੀ ਆਵੇ ਸੀ ਨਾ ਵਾਲ ਪਤਾ ਲੱਗ ਸੀ ਦੋਸਤਾਂ ਦੇ ਕਮੈਂਟ ਸਨ ਲਗਾਤਾਰ ਤੇ ਢੇਰ ਸਾਰੇ ਕਹਿੰਦੇ ਉੱਤੇ ਟੋਟਲ ਖਰਚਾ ਕਿਤਨਾ ਥਾ ਤੁਹਾਡੇ ਪੂਰੇ ਸੈਟਅਪ ਤੇ ਇਹ ਐਗਜ਼ੈਕਟ ਨਹੀਂ ਦੱਸਾ ਸਕਦਾ ਮੈਂ ਕਿਉਂਕਿ ਹਰ ਇਲਾਕੇ ਦੀ ਡਿਮਾਂਡ ਤੇ ਐਟਮਸ ਦੇ ਮੁਤਾਬਕ ਡਿਫਰੈਂਟ ਥੀ ਸਕਦਾ ਆਈਡੀਆ ਹੈ ਵੀ ਮਤਲਬ ਇਹੋ ਜਿਹੇ ਤੁਸਾਂ ਗਾਓ ਵਿੱਚ ਇਹੋ ਜਿਹੇ ਐਟਮ ਜ਼ਰੂਰੀ ਐਟਮ ਚਲਾ ਕੇ ਇਹੋ ਜਿਹੇ ਐਟਮ ਨਾ ਇੱਕ ਛੋੜ ਕੇ ਬਹਿ ਜ਼ਰੂਰੀ ਐਟਮ ਚਲਾ ਕੇ ਨਾ ਤਕਰੀਬਨ 10 ਲੱਖ ਵਿੱਚ ਸਿਰਫ ਕਰਿਆਨਾ ਚੱਲ ਸਕਦਾ ਮਤਲਬ ਦਿਹਾਤ ਵਿੱਚ ਗਾਓ ਵਿੱਚ ਬਗੈਰ ਬਿਲਡਿੰਗ ਤੂੰ ਬਗੈਰ ਅਲਮਾਰੀ ਤੂੰ ਬਗੈਰ ਹਰ ਸ਼ੈ ਤੂੰ ਬਿਲਕੁਲ ਸਿਰਫ ਵਿੱਚ ਸ਼ਿਫਟਿੰਗ ਜਿਹੜੀ ਹੈ ਹਾਂ ਵਿੱਚ ਜਿਹੜਾ ਸਮਾਨ ਹੈ ਕਰਿਆਨੇ ਦਾ ਹਾਂ ਸਿਰਫ ਉਹਦਾ ਬਿੱਲ ਹੈ ਬਗੈਰ ਫਰੀਜਾਂ ਤੂੰ ਬਗੈਰ ਹਰ ਸ਼ੈ ਤੂੰ ਸਿਰਫ ਸੌਦੇ ਆ ਗਏ ਨੇ ਇਹ ਵਿੱਚ ਕਾਊਂਟਰ ਫਰਿੱਜ ਇਹ ਚੀਜ਼ਾਂ ਕਹਿ ਨਹੀਂ ਹਾਂ ਕੋਈ ਚੀਜ਼ ਸਿਰਫ ਸੌਦਿਆਂ ਦੀ ਗੱਲ ਥੀਂਦੀ ਪਈ ਸਿਰਫ ਸੌਦਿਆਂ ਵਾਸਤੇ ਤਕਰੀਬਨ 10 ਲੱਖ ਰੁਪਇਆ ਚਾਹੀਦਾ ਅਗਰ ਇਹੋ ਜਿਹਾ ਸੈਟਅਪ ਤੁਸੀਂ ਚਲਾਉਣਾ ਤਾਂ ਇਹ ਜਿਹੜੇ ਬਹਿ ਆਈਟਮ ਹਨ ਸਮਾਨ ਲਾਇਕ ਇਹ ਥੀ ਗਿਆ ਇਹ ਅਤੇ ਇਹ ਕਾਊਂਟਰ ਵਗੈਰਾ ਇਹ ਅਲਮਾਰੀਆਂ ਅਤੇ ਫਰਿੱਜ ਇਹੋ ਜਿਹੀਆਂ ਚੀਜ਼ਾਂ ਛੋੜ ਕੇ ਮਤਲਬ ਕੰਡੇ ਛੰਡੇ ਛੋੜ ਕੇ ਸਿਰਫ ਔਰ ਸਿਰਫ ਇਹ ਸੌਦੇ
ਇਹ ਖਾਣ ਪੀਣ ਦੀਆਂ ਚੀਜ਼ਾਂ, ਬਿਸਕਟ, ਟਾਫੀ, ਇਡੂ ਇਹ ਸੌਦੇ ਅਤੇ ਸੌਦੇ ਮਤਲਬ ਜਿਹੜੇ ਵੇਚਣੇ ਨੇ ਤੁਸਾਂ, ਬਾਕੀ ਜਿਹੜੀ ਇਹ ਇਹਦੇ ਉੱਤੇ ਬਿਲਡਿੰਗ ਏ ਉਹਦਾ ਅਲੱਗ ਹੈ, ਇਹਨਾਂ ਕਾਊਂਟਰ ਅਲਮਾਰੀਆਂ ਦਾ ਅਲੱਗ ਆ, ਮੋਟਾ ਮੋਟਾ ਦੇ ਰਿਹਾ ਮਤਲਬ ਕੇ ਅਗਰ ਇਹ ਚੀਜ਼ਾਂ ਸਾਰਿਆਂ ਵਿੱਚ ਪੈਂਦੇ ਹੋ ਅੱਛਾ ਕਾਰੋਬਾਰ ਕਰਨਾ ਤੇ ਕਮ ਅਜ਼ ਕਮ 20 ਲੱਖ ਰੁਪਿਆ ਬਿਲਡਿੰਗ ਤੋਂ ਇਲਾਵਾ, ਬਿਲਡਿੰਗ ਛੋੜ ਕੇ ਅਗਰ ਬਿਲਡਿੰਗ ਵਿੱਚ ਵਾਲ ਕੇ 40-50 ਲੱਖ ਤੇ ਕੰਮ ਆਂ ਕੋਸੀ ਤੇ ਉਹ ਵੀ ਮੈਂ ਸਮਝੋ ਇਤਨਾ ਹੈਵੀ ਸਿਸਟਮ ਨਾ ਉਸੇ ਉਹਦੇ ਵਿੱਚ ਤੁਹਾਡੇ ਕੋਲ ਇਤਨੀ ਗੁੰਜਾਇਸ਼ ਕੋਈ ਨਹੀਂ ਕਿ ਤੁਸੀਂ ਕਈ ਕੋ ਉਧਾਰ ਲੈ ਸਕੋ, ਨਗਦੋ ਨਗਦ ਵਾਲਾ ਸੀਨ ਬਣ ਸਕਦਾ ਇਤਨਾ ਸੀ। ਉਮੀਦ ਹੈ ਵੀ ਤੁਹਾਨੂੰ ਆਈਡੀਆ ਠੀਕ ਗਿਆ ਉਸੀ ਵੀ ਇਹਦੇ ਉੱਤੇ ਕਿਤਨਾ ਖਰਚਾ ਥੀ ਹੈ। ਇਹੋ ਆਈ ਟੋਟਲ ਤਕਰੀਬਨ ਆਪਣਾ ਐਗਜੈਕਟ ਨਹੀਂ ਦੱਸਾ ਸਕਦੇ ਕਿਉਂਕਿ ਪ੍ਰਾਈਵੇਸੀ ਆਉਂਦੀ ਹੈ ਨਾ, ਸਮਝਿਆ ਕਰੋ। ਆਈਡੀਆ ਤੁਹਾਨੂੰ ਇੱਕ ਦੇ ਦਿੱਤਾ ਵੀ ਇਤਨਾ ਖਰਚੇ ਥੀ ਸਕਦਾ ਸਿਸਟਮ। ਹੁਣ ਕਿਹਦੇ ਉੱਠੀ ਪਿਆ ਨਾਲ ਮੋਟਰ ਲਵਾਉਣੀ ਪੈਂਦੀ ਹੈ, ਬਾਸ ਬਣਵਾਉਣੇ ਪੈਂਦੇ, ਨਲਕਾ ਲਾਉਣਾ ਪੈਂਦਾ ਹੈ, ਉੱਤੇ ਪੰਪ ਬਣਾਉਣਾ ਪੈਂਦਾ ਹੈ, ਸੌ ਸਿਸਟਮ ਹੁੰਦਾ ਹੈ ਯਾਰ। ਉਹ ਤਾਂ ਪਿੱਛੇ ਉਹ ਕਿਹਾ ਦੇਣਾ ਜਿਤਨਾ ਖਰਚਾ ਵਧੇਂਦੇ ਬਣੇ ਉਹ ਜੋਰ ਰੇਕ ਲੱਗਦਾ ਬੰਦਾ ਇਹੋ ਜਿਹੀ ਚੀਜ਼ ਚਾਹਵੇ ਨਾ ਜਿਹੜੀ ਪਚਾਰੇ। ਅੱਛਾ ਅੱਛਾ ਕਰੋ ਗਾਲ ਕਰੋ ਗਾਲ ਕਰੋ ਗਾਲ ਕਰੋ, ਨੰਬਰ ਨੀ ਸ਼ੋ ਕਰੀਂਦਾ ਉਹਦਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਵਰਹਮਤੁਲਾ ਬਰਕਾਤੁਹ। ਮਸਜਿਦ ਦੇਖ ਬਣਦਾ ਜੀ, ਅੱਲਾ ਦੇ ਸਾਨ ਖੈਰੀਅਤ ਕੌਣ ਹੈ ਜੀ? ਦੂਰੂ ਕਾਲ ਮਹਿੰਗੀ ਕਾਲ ਕਹਿੰਦੀ ਕਾਲ ਅਬਦੁੱਲਾ ਨੂਰ ਹਨ ਦੁਬਈ ਤੋਂ ਪਠਾਨ ਭਾਈ ਹੈ। ਚਲੋ ਮਾਸ਼ਾ ਅੱਲਾ ਪਾਕ ਉਹਨਾਂ ਦੇ ਰੋਜ਼ੀ ਬਰਕਤ ਪਾਵੇ। ਤੁਹਾਨੂੰ ਤਮਾਮ ਟੀਮ ਮੈਂਬਰ ਨੂੰ ਸਲਾਮ, ਬੜੇ ਪਿਆਰ ਦਾ ਸਲਾਮ ਦੇ ਰਹੇ ਹਨ। ਵਾਲੇਕੁਮ ਅਸਲਾਮ, ਠੀਕ ਹੈ ਸਹੀ ਅਬਦੁੱਲਾ ਭਾਈ, ਤੁਹਾਨੂੰ ਦੁਆਵਾਂ ਦੇ ਰਹੇ ਹਨ ਬਹੁਤ ਜ਼ਿਆਦਾ, ਔਰ ਬਹੁਤ ਸਖਤੀ ਨਾਲ ਤੁਹਾਨੂੰ ਆਖ ਰਹੇ ਨੇ ਬਈ ਕੋਈ ਨਾ ਕੋਈ ਗਿਫਟ ਸਾਡੀ ਤਰਫੋਂ ਕਬੂਲ ਕਰੋ, ਨਾ ਫੈਨ ਤੌਰ ਆ ਦਿਆ ਹੈ, ਨਾ ਕਿਸੇ ਗੱਲ ਤੌਰ ਆ ਦਿਆ ਹੈ, ਸਿਰਫ ਤੁਹਾਡੀ ਮਿਠਾਸ, ਤੁਹਾਡਾ ਪਿਆਰ ਅੱਛਾ ਲੱਗਦਾ ਹੈ, ਇਨਸਾਨੀਅਤ ਅੱਛੀ ਲੱਗਦੀ ਹੈ, ਉਸ ਵਜ੍ਹਾ ਤੋਂ ਆ ਦਿਆ ਵੀ ਕੋਈ ਨਾ ਕੋਈ ਤੋਹਫ਼ਾ ਕਬੂਲ ਕਰੋ। ਬਸ ਭਾਈ ਜਾਨ ਅਬਦੁੱਲਾ ਭਾਈ, ਤੁਸੀਂ ਦੇਦੇ ਪਏ ਉਸ ਵੀਡੀਓ, ਤੁਹਾਡੀ ਮੁਹੱਬਤ ਹੀ ਕਾਫੀ ਹੈ, ਤੁਸੀਂ ਪੁੱਛ ਕੀਤੇ ਸਾਰੇ ਵਾਸਤੇ ਇਹ ਗਿਫਟ, ਠੀਕ ਹੈ, ਤੁਸੀਂ ਕਾਲ ਕੀਤੀ ਹੈ, ਪਿਆਰ ਦਿੱਤਾ ਸਾਨੂੰ ਦੇਦੇ ਹੋ, ਸਾਰੇ ਵਾਸਤੇ ਸਭ ਤੋਂ ਵੱਡਾ ਗਿਫਟ ਇਹੋ ਹੈ। ਬਾਕੀ ਇਹ ਚੀਜ਼ਾਂ ਜਿਹੜੀਆਂ ਨਾ ਇਹ ਵੱਤ ਆਰਜ਼ੀ ਹੈ। ਵਾਦੇ ਪੈਣ ਅਸਾਂ ਨਾ ਕਈ ਵੇਲੇ ਕੋਸ਼ਿਸ਼ ਕਰੇ ਨੇ, ਪਾਕਿਸਤਾਨ ਦਾ ਚੱਕਰ ਲੱਗਦਾ ਨਾ, ਪਤਾ ਨੂੰ ਪਠਾਣਾ ਦਾ ਕਿਹੜਾ ਇਲਾਕਾ ਉੱਥੋਂ ਦੇ ਆਖਦਾ ਪਿਆ ਸੀ ਹਾਂ, ਠੀਕ ਹੈ, ਤੇ ਜੂੰ ਹੀ ਮੈਂ ਵਾਪਸ ਆਸਾਂ, ਠੀਕ ਹੈ, ਤਾਂ ਗੱਲ ਹੀ ਕੋਈ ਨਹੀਂ, ਮੈਂ ਤੁਹਾਡੇ ਕੋਲ ਮਸਲਾ ਹੀ ਕੋਈ ਨਹੀਂ। ਜ਼ਰੂਰ, ਮੋਸਟ ਵੈਲਕਮ, ਜਿਹੜੇ ਵੇਲੇ ਤੁਸੀਂ ਵਾਪਸ ਆਓ, ਹਾਈ ਸਾਹਿਬ ਦਾ ਨੰਬਰ ਇਹ, ਤੁਹਾਡੇ ਕੋਲ ਹਾਈ ਸਾਹਿਬ ਨਾਲ ਰਾਬਤਾ ਕਰੇ ਸੋ, ਇਨਸ਼ਾਅੱਲਾ ਮੁਲਾਕਾਤ ਕਰੇ ਸੋ, ਇਨਸ਼ਾਅੱਲਾ। ਅਬਦੁੱਲਾ ਨੂਰ ਭਾਈ ਅਸਲਾਮ ਅਲੈਕੁਮ, ਦੁਆਵਾਂ ਯਾਦ ਰੱਖੋ, ਤੇਰੇ ਕੋਲ ਡੋਪਰਾ ਕਰੀਏ ਜੋ ਤੂੰ ਅੱਲਾ ਮਾਫੀ ਦੇਵੇ ਇੱਥੇ ਕੁੱਕਰ ਕਰਾਈ ਬੈਠਾ। ਯਾ ਤਾਂ ਕਸ਼ੇ ਸਾਰੇ ਵਾਸਤੇ ਪਕਾਈ ਪਿਆ ਹੋਵੇ, ਵਾਤੀ ਪਕਾਈ ਛੜਾ ਆ ਜਾਵੇ, ਬੋਤਲ ਦਾ ਘੁੱਟ ਪੀਵਾ ਕੇ ਰਾਜ਼ੀ ਨਹੀਂ, ਚਾਹ ਸਾਂ ਕਰੂਗੇ ਇਹਨਾਂ ਨੇ, ਵੱਧ ਸਾਗ ਫੋਰਸ ਕਰੇਂਦਾ ਇੱਥੇ ਹੀ ਬਹੁ, ਕੰਜੂਸਾਂ ਦੇ ਸ਼ਹਿਰ ਤਾਂ ਕਬਰ ਹੀ ਨਾ ਹੋਵੇ। ਸਹੀ ਆ ਕਹੀ, ਹਾਂ ਮੈਂ ਬੰਦਾ ਖਰਾ ਗੱਲ ਠੋਕ ਕੇ ਕਰੇਂਦਾ। ਮੈਂ ਭਾਈ ਜਾਨ ਕੱਲ ਮੇਰੀ ਨਾ ਇਹ ਦਾਵਤ ਇੱਥੇ ਹੀ, ਕੱਲ ਚਾਵਲ ਪਕਣੇ, ਚਾਵਲ ਖਵਾਸਾਂ ਇਨਸ਼ਾਅੱਲਾ। ਠੀਕ ਹੈ, ਕਿੱਥਾ ਪਕੜਨ ਚਾਵਲ, ਕਿੱਥਾ ਪਕੜਨ, ਚਾਵਲ ਪਕੜਨ।
ਇਹਦੇ ਯਕੂਬ ਕੋਲੋਂ। ਅੱਛਾ ਅੱਛਾ, ਯਕੂਬ ਕੌਣ ਹੈ? ਦੋਸਤ ਯਾਰ। ਅੱਛਾ ਜੀ ਹਾਂ। ਉਹ ਥਾਂ ਪੁਚਾਵੇ ਸੀ? ਪੁਚਾਵੇ ਸੀ। ਓਕੇ ਕਰੋ, ਠੀਕ ਹੈ, ਸਵੇਰੇ ਬਾਅਦ ਚਾਵਲ ਖਾ ਸੂ ਸੂਫੀ ਕੋ। ਸਵੇਰੇ ਜਾ ਰਿਹਾ ਰੋਈ, ਮੈਨੂੰ ਦੋ ਚਾਰ ਦਿਹਾੜੇ ਉਦੇ ਲੱਗ ਜਾ ਸੈਣ, ਕਿੰਨੇ ਸਮੇਂ ਹਫ਼ਤਾ ਡੇਢ ਅਜੇ ਕੋਈ ਨਹੀਂ ਪਕਾ। ਨਾਰਾਜ਼ ਨਾ ਤੇ। ਅੱਛਾ ਤੂੰ ਕੀ ਮਕਸਦ ਹੈ ਯਾਰ? ਉਹ ਸੋਚਿੰਦਾ ਹੀ ਨਹੀਂ ਯਾਰ, ਮੈਂ ਦੱਬ ਦਿੰਦਾ। ਅੱਛਾ ਤੂੰ ਵਾਪਸ ਆ ਸੈਂ ਨਾ, ਵੱਲ ਪੱਕੇ ਸੰਭਾ ਯਾਰ, ਹੁਣ ਜੋ ਮਰਜ਼ੀ ਕਰੋ। ਅੱਛਾ ਮੇਰੇ ਜਾਣੇ ਚ ਹੁਣ ਹੈ ਵੀ ਤੁਸੀਂ ਦੁਆ ਮੰਗਾਉਣੀ ਆ, ਤੁਸੀਂ ਥੀ ਆ ਵੱਲ ਇਨਸ਼ਾਅੱਲਾ। ਵੱਲ ਤੁਸੀਂ ਇੱਥਾ ਹੋ ਸੋ ਤਾਂ ਇਵੇਂ ਪੱਕ ਸੰਗ ਦੀਏ ਬਾਲਣਾ ਤੇ ਕੋਈ ਤਰ੍ਹਾਂ ਤੇਰੀ ਕਰਾਇਤ ਬਾਲਣਾ ਸੀ ਗਾਣੇ ਕਿਵੇਂ ਪੱਕ। ਅੱਛਾ ਯਾਰ ਮੈਂ ਤਾਂ ਜਾਂਦਾ ਪਿਆ ਦੁਬਈ, ਹਲਕੇ ਹਲਕੇ ਹੋਏ ਨੇ ਕੱਲ ਲਾਲ, ਮੈਂ ਤਾਂ ਜਾਂਦਾ ਪਿਆ ਦੁਬਈ। ਦੁਬਈ ਨੇ ਹਮ ਦੁਨੀਆ ਤੇਰੀ ਛੋੜ ਚਲੇ ਜ਼ਰਾ ਸੂਰਤ, ਆਪਾਂ ਤਾਂ ਜਾ ਰਹੇ ਹਾਂ ਦੁਬਈ। ਦੁਬਈ ਤਾਂ ਚੱਲ ਵੈਸੇ ਵੈਸੇ ਮੈਂ ਪੱਗਾ ਪੱਗਾ ਜਾਂਦਾ ਪਿਆ ਵਈ ਸਨਾ ਕੀ ਮਕਸਦ ਹੈ? ਚਲੋ ਤੇਰੇ ਵਾਸਤੇ ਤਾਂ ਬਹਾਵਲਪੁਰੀ ਦੁਬਈ ਹੈ। ਯਾਰ ਫੋਨ ਨਾ ਕੀਤਾ ਕਰੋ, ਹਵਾ ਚ ਆਵੇ ਚੰਗਾ ਦੁਆ ਕਰ ਲੈਂਦਾ ਆਈ ਦਿਨ ਅੱਛਾ ਥਾ। ਚਲੋ ਮੇਰੇ ਲਈ ਦੁੱਧ ਲੈ ਆਇਓ। ਥੈਂਕ ਯੂ ਵਿਊਅਰਸ, ਲੱਸੀ ਆ ਗਈ ਗਰਮੀ ਦੇ ਮੌਸਮ ਵਿੱਚ, ਪੀਂਦੇ ਹੋ ਤਾਂ ਆਓ ਸਾਥ, ਬਿਸਮਿਲ੍ਲਾ, ਠੰਡੀ ਠੰਡੀ। ਓ ਬਾਦਸ਼ਾਹੋ, ਕੀ ਹਾਲ ਹੈ? ਠੀਕ ਹੋ? ਫਿਟ ਹੋ? ਸਿਹਤ ਤਬੀਅਤ ਨਜ਼ਰ ਹੀ ਨਹੀਂ ਆਉਂਦਾ ਅੱਜ ਕੱਲ੍ਹ, ਬਸ ਪਤਾ ਨਹੀਂ ਕਿੱਥਾ ਰਹਿਣਾ ਤੂੰ, ਮੈਂ ਤਾਂ ਗੋਲ ਗੋਲ ਥੱਕੀਆਂ, ਨਾ ਦਿਸਦਾ ਨਾ ਕੁਛ। ਮੁਰੱਬੇ ਅੱਜ ਕੱਲ੍ਹ ਘੱਟ, ਅੱਜ ਕੱਲ੍ਹ ਅਸਾਂ ਦੁਕਾਨ 'ਤੇ ਫੁੱਲ ਟਾਈਮ ਟਾਈਮ ਦੇਣੇ ਪੈਣੇ। ਸਵੇਰ ਤੋਂ ਸ਼ੁਰੂ ਕਰ ਦੋ। ਮੱਖੀ ਸਫੈਦ
ਇਹਨਾਂ ਤਰਾ ਦੀ ਸਪਰੇ ਗਲਫ ਸੱਟ ਕੇ ਗਨ ਹਾਲਿਆਂ ਵਾਸਤੇ ਹਲ ਛਾਂਗੇ ਨਹੀਂ ਸੇ ਉਹ ਯਾਰ ਹੁਣ ਤੂੰ ਮਰੇ ਸੁਣਾ ਵਾਛੀ ਮੈਂ ਸਕੂਨ ਤੇ ਲੱਗੀ ਵੈਸੀ ਓਕੇ ਚਲੋ ਵਟ ਗਨ ਗਨ ਸੋ ਅੱਜ ਵਾਲਾ ਬਿੱਲ ਜੋ ਇਤਨਾ ਹੈਵੀ ਹੈ 18000 ਦਾ ਬਿੱਲ ਹੈ ਸਪਰੇ ਦਾ ਤੋ ਕੋ ਆ ਕੇ ਬਈ ਮੈਂ ਸਿੰਪਲ ਸਿੰਪਲ ਗਿਣਣੀ ਸਿੰਪਲ ਸਿੰਪਲ ਨਹੀਂ ਵਾ ਤੋ ਹਰ ਚੀਜ਼ ਦੀ ਗਿਣਨਾ ਤਾਂ ਸਹੀ ਬੰਦਾ ਕੰਮ ਕਰੇ ਸੁਥਰਾ ਕਰੇ ਹੁਣ ਐਂਡ ਦੇ ਪਾਸੇ ਮੈਂ ਸਮਝ ਮੱਖੀ ਉਡਿਆਂਦੀ ਰਾਵੇ ਜਿਹੜੇ ਪਾਸੇ ਅੱਛਾ ਇੱਕ ਵਿੱਚ ਛੋਟੀ ਬੋਤਲ ਹੈ ਇਤਨੀ ਇੱਕ ਉਹ ਦੋ ਵਾਰੀ ਮਾਰਨੀ ਹੈ ਇਹ ਸਾਹਮਣੇ ਵਾਲੀ ਬਾਜਰੀ ਤੇ ਮਾਰ ਦੇਣੀ ਹੈ ਠੀਕ ਹੈ ਇਹ ਖਰਾਬ ਥੀਂਦੀ ਪੇ ਸੜਦੀ ਰਹਿੰਦੀ ਇਹਦੇ ਵਿੱਚ ਕੋਈ ਸੁੰਡੀ ਸੁੰਡੀ ਹੈ ਕਿ ਥ੍ਰਿਪ ਸੇ ਪਤਾ ਨਹੀਂ ਓਕੇ ਸੋ ਲਓ ਪਾਣੀ ਬਲਾਓ ਪਾਣੀ ਹੈ ਹਾਲੀ ਪਾਣੀ ਜੋ ਟਾਈਮ ਹੈ ਨਾ ਜਿਆ ਚਲੋ ਇੱਕ ਹਲ ਚੱਲ ਸਿੱਧੇ ਕਰ ਗਿਨੋ ਮੈਂ ਸੂਫੀ ਕੋਲ ਪੈਂਦਾ ਪਿਆ ਫਿਲਹਾਲ ਦੁਕਾਨ ਬੰਦ ਕਰਕੇ ਵੱਲ ਤੁਹਾਡਾ ਖਾਣਾ ਸ਼ਾਣਾ ਕਿੰਨਾ ਸਾ ਬੀਆ ਬੰਦਾ ਇਹ ਨਾ ਜਿਆ ਬੰਦਾ ਹੈ ਪਿਆ ਬੀਆ ਓਕੇ ਕਰੋ ਦੋ ਬੰਦਿਆਂ ਦੀ ਰੋਟੀ ਖਾਣ ਦੋ ਬੰਦਿਆਂ ਦੀ ਓਕੇ ਸੂਫੀ ਸਮਾਨ ਆ ਕੇ ਉਹ ਗਿੱਦਿਆ ਸੋ ਬੰਦੇ ਕੋ ਠੀਕ ਠੀਕ ਉਹ ਡੋਰੀ ਹੈ ਗਰੀਸ ਹੈ ਓਕੇ ਸਰ ਹੁਣ ਤੂੰ ਜਾਊਂ ਹੈ ਆ ਹੁਣ ਨਹੀਂ ਜਾਊ ਸਵੇਰੇ ਜਾਊਂਗਾ ਉਹ ਸਵੇਰੇ ਹਾਂ ਤੇ ਮੈਂ ਕੋ ਨਹੀਂ ਮੰਗਿਆ ਮੈਂ ਦਾ ਕਹਤੇ ਹਾਂ ਖੁਦ ਲੰਗਰ ਗਿਲਾਨ ਮੈਂ ਖੜੇ ਆਪ ਕੇ ਲਈ ਦਾਵਤ ਕਾ ਇੰਤਜ਼ਾਮ ਕਹਾਂ ਸੇ ਕਰੇ ਹਾਂ ਠੀਕ ਹੈ ਕੋਈ ਬਾਤ ਨਹੀਂ ਯਾਰ ਮੰਨ ਗਿਆ ਠੀਕ ਹੈ ਮੰਨ ਗਿਆ ਬੜੀ ਕੁਰਾੜੀ ਗੱਲ ਕੀਤੀ ਅਸੀਂ ਯਾਰ ਹਾਂਜੀ ਹੁਣ ਉਕਾ ਸਾ ਕੋ ਨਾਲ ਨਹੀਂ ਘਿੰਨ ਕੇ ਮੈਂ ਦਾ ਯਾਰ ਮੈਂ ਇਸ ਵਾਰੀ ਨਾ ਐ ਸਾਰੀ ਤੁਹਾਡੇ ਉੱਤੇ ਨਿਰਾਸ਼ ਹੋਇਆ ਬੈਠਾ ਯਾਰ ਕਿਉਂ ਉਹ ਨਹੀਂ ਲੈ ਨਹੀਂ ਮੁਜਾਉ ਤਾਂ ਮਰਜ਼ੀ ਹੈ ਵੀਵਰ ਦੇ ਵੰਦਾ ਪਾ ਬਾਵਲਪੁਰ ਵਾਲੀ ਸਾਈਡ ਤੇ ਮੈਂ ਕਿ ਇਕੱਠੇ ਜੁਲਦੇ ਆ ਇਹ ਆ ਦੇ ਕੋਈ ਨਾ ਲੱਖ ਬੇਈਮਾਨ ਹੋਇਆ ਬੈਠਾ ਤੇ ਬੇਈਮਾਨ ਹੋਇਆ ਬੈਠਾ ਹੋਰ ਨਹੀਂ ਯਾਰ ਨੈਕਸਟ ਟਾਈਮ ਮੁੜ ਕਿਸੇ ਵੇਲੇ ਜੁਮੇ ਨੂੰ ਹਫਤੇ ਨੂੰ ਇਤਵਾਰ ਨੂੰ ਯਾਰ ਇੱਕ ਵਾਰੀ ਤੂੰ ਵੈਸੇ ਖਰਚਾ ਕਰ ਅਸੇ ਵੱਲ ਅਸਾਂ ਵੈਸੋਂ ਡਬਲ ਖਰਚਾ ਤੇ ਅਸੀਂ ਓ ਯਾਰ ਮੈਂ ਤਾਂ ਅਖਤਰੀ ਦੇ ਖਰਚੇ ਤੇ ਜਾਊਂਗਾ ਨਹੀਂ ਨਹੀਂ ਬਹੁ ਮੈਂ ਸਾਰਾ ਇਸੇ ਕੋਲ ਕਰਾਉਣਾ ਬਸ ਯਾ ਤਾਂ ਅਖਤਰ ਕੋ ਮਨਾ ਐ ਬੇਈਮਾਨਾ ਕਿਦਾਂ ਹੀ ਤਾਂ ਪਰਦਾ ਰਾਣ ਦਿੱਤਾ ਕਰ ਯਾਰ ਇੱਥੇ ਪਰਦੇ ਵਾਲੇ ਜਾ ਕੋਈ ਨਾ ਪਰਦਾ ਖੁੱਲਾ ਹੋਣਾ ਚਾਹੀਦਾ ਹੈ ਹਾਂ ਤੁਸੀਂ ਇੱਕੋ ਹਾਂ ਮੋੜੇ ਸਾਫ ਦੱਸ ਬਾਵਣਾ ਹੈ ਅੱਲਾ ਦੇ ਹੁਕਮ ਨਾਲ ਇੱਕ ਹੈ ਯਾਰ ਦੁਆ ਕੀਤੀ ਰੱਖੀ ਕਰੋ ਹੁਣ ਮੈਂ ਕਿਉਂ ਪਰਦਾ ਵੇਚ ਰੱਖਾਂ ਹਾਂ ਪਰਦਾ ਨਹੀਂ ਰੱਖ ਸਕਦਾ ਤੇ ਸਕੂਟਰ ਦੀ ਟੈਂਕੀ ਤਾਂ ਸਾਕਬ ਕੋਈ ਨਹੀਂ ਉਬਾਰ ਦਿੱਤੀ ਕਰਨੀ ਹੈ ਕਰ ਲੈਣੇ ਪਾਪ ਤੂੰ ਜਾ ਪਈ ਸਾਂ 2 ਮਿੰਟ ਤੇ ਪਾਪ ਹੁਣ ਵੱਲ ਵਾਕਿਆ ਵੰਨੂ ਨੇ ਗਨਵਾਦਾ ਨਹੀਂ ਯਾਰ ਨਹੀਂ ਲਾ ਜਾਂਦਾ ਇੱਕ ਆਵੜ ਸਾਰੀ ਤੋੜ ਤਾਂ ਗਰਾਸੀ ਪਈ ਤੇਰੇ ਤੇ ਇਹ ਯਾਦ ਰੱਖ ਨਹੀਂ ਯਾਰ ਐਸਾ ਕੰਮ ਨਹੀਂ ਕਰਨਾ ਚਲੋ ਦੇਖੋ ਮੈਂ ਆਪਣੀ ਤਿਆਰੀ ਸਕੇਪ ਕਰ ਸਕਦਾ ਠੀਕ ਹੈ ਬਸ ਤੂੰ ਭਰਾ ਪੈਟਰੋਲ ਤੁਹਾਨੂੰ ਗੁੱਸਾ ਨਹੀਂ ਕਰ ਦੇ ਸਕਦਾ ਯਾਰ ਇਹ ਤਾਂ ਕੋਈ ਗੱਲ ਨਹੀਂ ਤੇ ਚੱਲਦੇ ਪੈ ਸਾਰੇ ਮੈਂ ਇੱਕ ਵੀਰ ਸਵੇਰ ਦਾ ਮਨੇਂਦਾ ਵਦਾਂ ਜਲੇ ਵਿਲਾਗ ਸ਼ੁਰੂ ਕੀਤਾ ਅੱਜ ਤੇ ਤੁਹਾ ਕੋਈ ਰੋਲਾ ਨਜ਼ਰ ਆਇਆ ਉਸੇ ਹੁਣ ਸ਼ਾਮ ਥੀ ਗਈ ਵਿਲਾਗ ਦੇ ਐਂਡ ਦਾ ਟਾਈਮ ਹੈ ਤੇ ਇੱਕ ਮੈਂ ਹਾਲੀ ਤੱਕ ਮਨੇਂਦਾ ਵਦਾਂ ਇਹ ਨਹੀਂ ਮਨੇਂਦਾ ਪਿਆ ਦੇਖ ਲੈ ਤੂੰ ਆਪਣਾ ਕੰਮ ਅਖਤਰ ਯਾਰ ਕਿਉਂ ਖਰਚਾ ਮਰੇ ਨਾ ਵੇਚ ਯਾਰ ਹਾਂ ਹਾਂ ਗੱਲ ਸੁਣ ਨਾ ਤੂੰ ਇੰਜ ਕਰੇ ਤੇ ਤੂੰ ਤੇ ਸੱਕਿਆਂ ਦੇ ਮਿਲ ਲਵੀਂ ਅਸਾਂ ਸ਼ਹਿਰ ਸ਼ੋਰ ਘੁੰਮ ਲੈ ਸਾਂ ਮੈਨੂੰ ਪਤਾ ਲੱਗ ਗਿਆ ਵੀ ਤੂੰ ਸੱਕਿਆਂ ਦੇ ਸਾਹਮਣੇ ਲੈ ਕੇ ਜਾਂਦਾ ਨਾ ਚਲੋ ਕਰੋ ਯਾਰ ਤਿਆਰੀ ਨਾ ਬਾਹਰ ਨਾ 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 ਅਸੀਂ ਨਹੀਂ ਸਵੇਰੇ ਤਾਂ ਨਹੀਂ ਜਾ ਸਕਦੇ ਜੁਮੇ ਤੋਂ ਬਾਅਦ ਜਾ ਸਕਦੇ ਜੁਮੇ ਤੋਂ ਬਾਅਦ ਯਾਰ ਬਾਤ ਮੰਡੀ ਆ ਜਾਵਣੀ ਹੈ ਹਾਂ ਮੈਂ ਸਵੇਰੇ ਨਹੀਂ ਜਾ ਸਕਦਾ ਜੁਮੇ ਤੋਂ ਬਾਅਦ ਤਾਂ ਮੰਡੀ ਆ ਜਾਵਣੀ ਬਿਰਾਵਾ ਮੋ ਟੈਨਸ਼ਨ ਬਣ ਜਾਸੀ ਚਲੋ ਅੱਛਾ ਤੂੰ ਵੇਖ ਲੈ ਜੇ ਰਾਹ ਥੀਂਦੀ ਹੈ ਦੇਰ ਤਾਂ ਠੀਕ ਹੈ ਨਹੀਂ ਤੇ ਅੱਲਾ ਵਾ ਚੱਕਰ ਦਿਹਾੜੀ ਅੱਗੇ 5-6 ਦਿਨ ਲੇਟ ਕਰ ਗਿਆ ਓਕੇ ਓਕੇ ਅਖਤਰ ਦੀ ਵਜ੍ਹਾ ਤੋਂ ਠੀਕ ਹੈ ਤੇ ਹੁਣ ਮੋੜ ਜੇ ਕਰੇ ਨਾ ਇਹੋ ਤੇ ਬਾਤ ਉਹ ਜੁਮੇ ਹਫਤੇ ਦਾ ਜੋ ਪ੍ਰੋਗਰਾਮ ਬਣੇ ਸਵਾਰ ਹੈ ਸਮਝੋ ਸਾਡੇ ਵਾਲੇਕਮ ਸਲਾਮ ਸਵਾਰ ਸਮਝੋ ਸਾਡੀ ਮੰਡੀ ਹੈ ਵੈਲਕਮ ਬੈਕ ਵਿਊਅਰਸ ਟਾਈਮ ਥੀ ਉਹਦੇ ਤਕਰੀਬਨ 9:10 ਤੇ ਮੈਂ ਆਇਆ ਵਦਾ ਮੀਥਾ ਰਕਬੇ ਤੇ ਮੁਬਸ਼ਰ ਭਾਈ ਹੁਣੀ ਕੋ ਰੋਟੀ ਦੇਵਣ ਉਹ ਇੱਥੇ ਪਾਣੀ ਲਈ ਖੜੇ ਨੂੰ ਰੋਟੀ ਛੋਟੀ ਦੇ ਕੇ ਤੇ ਵੈਂਦਾ ਪਿਆ ਘਰ ਤੇ ਅੱਜ ਦੀ ਵੀਡੀਓ ਤੇ ਇੱਥੇ ਐਂਡ ਕਰਦੇ ਪਏ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਚੈਨਲ ਕੋ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਨਵੇਂ ਵਲੌਗ ਵਿੱਚ ਅੱਲਾ ਹਾਫਿਜ਼